ਸਾਰੀ ਅਸੀਂ ਮਿਲ ਲਾ ਕੇ ਪਾ ਕੇ ਮੈਨੂੰ ਸ਼ਤੀਰ ਰੱਖ ਗਿਆ ਜੀ। ਲੈ ਕੇ ਮੁਖੀ ਮੁਨਸ਼ੀ ਮੁਖਵਿੰਦਰ ਸਿੰਘ ਉਹਨਾਂ ਨੂੰ ਘੇਰੀਆਂ ਭਾਂਜੀਆਂ ਗਾਲਾਂ ਕੱਢਣ ਲੈ ਗਿਆ ਜੀ, ਘੇਰੀਆਂ ਭਾਂਜੀਆਂ ਗਾਲਾਂ ਕੱਢਣ ਲੈ ਗਿਆ ਜੀ। ਇਹਨੂੰ ਸਸਪੈਂਡ ਕਰਕੇ ਲੈਨ 'ਚ ਭੇਜਣਾ ਚਾਹੀਦਾ, ਇਹਨੂੰ ਸਸਪੈਂਡ ਕਰਕੇ ਲੈਨ 'ਚ ਭੇਜਣਾ ਚਾਹੀਦਾ ਇਹਨੂੰ। ਇੱਥੇ ਮੁਲਾਜ਼ਮਾਂ ਵਾਲਾ ਹਰ ਗੁਰੂ ਧੀ ਦੀਆਂ ਭੈਣੀਆਂ ਗਾਲਾਂ ਕੱਢਦਾ ਜੀ, ਧੀ ਦੀਆਂ ਭੈਣੀਆਂ ਗਾਲਾਂ ਕੱਢਦਾ ਜੀ। ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹੈ। ਖਰੀਆਂ ਖਰੀਆਂ ਅੱਜ ਖਰੀਆਂ ਖਰੀਆਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ SHO ਹੈ ਜੋ ਹਰ ਇੱਕ ਪੁਲਿਸ ਵਾਲੇ ਦੇ ਨਾਲ ਬਹੁਤ ਹੀ ਮਤਲਬ ਬਦਤਮੀਜ਼ੀ ਕਰਦਾ ਹੈ, ਉਹਨਾਂ ਦੇ ਉੱਪਰ ਆਪਣਾ ਰੋਬ ਝਾੜਦਾ ਹੈ, ਉਸਨੂੰ ਕੁੱਟਦਾ ਹੈ, ਮਾਰਦਾ ਹੈ, ਗੰਦੀਆਂ ਗੰਦੀਆਂ ਗਾਲਾਂ ਦਿੰਦਾ ਹੈ। ਈਵਨ ਕਿ ਇੱਕ ਹੋਮ ਗਾਰਡ ਦਾ ਨੌਜਵਾਨ ਹੈ ਜਿਹੜਾ ਕਿ ਮਤਲਬ ਰਾਤ ਨੂੰ ਜਿੱਥੇ SHO ਜਾਂ ਪੁਲਿਸ ਆਫਿਸਰ ਰਹੇ ਸੀ ਉਸ ਕਮਰੇ ਦੀ ਸਫਾਈ ਕਰ ਰਿਹਾ ਸੀ, ਤਾਂ ਇੱਕ SHO ਨੇ ਉਸਦੇ ਨਾਲ ਕਿਸ ਕਦਰ ਬਦਤਮੀਜ਼ੀ ਕੀਤੀ। ਇਸ ਤਰ੍ਹਾਂ ਦੀ ਰਿਲੇਟਡ ਅੱਜ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਉਸਨੇ ਪੂਰੇ ਦਾ ਪੂਰਾ ਦੁੱਖ ਉਸ ਵਾਇਰਲ ਵੀਡੀਓ ਦੇ ਵਿੱਚ ਦੱਸਿਆ ਕਿ ਮੇਰੀ ਦਸਤਾਰ ਉਤਾਰ ਦਿੱਤੀ, ਥੱਪੜ ਮਾਰ ਕੇ ਮੇਰੀ ਦਸਤਾਰ ਨੂੰ ਮਤਲਬ ਉਸ ਦਸਤਾਰ ਦੀ ਬੇਅਦਬੀ ਕੀਤੀ ਹੈ, ਲੇਕਿਨ ਕਿਸੇ ਵੀ ਧਾਰਮਿਕ ਸੰਸਥਾ ਨੇ ਅਜੇ ਤੱਕ ਮੇਰੀ ਮਦਦ ਕਰਨ ਲਈ ਉਹ ਅੱਗੇ ਨਹੀਂ ਆਏ, ਅਜੇ ਤੱਕ ਕਿਸੇ ਨੇ ਵੀ ਮਤਲਬ ਮੇਰਾ ਪੱਖ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਹੋਮਗਾਰਡ ਦੇ ਮਤਲਬ ਇਸ ਜਵਾਨ ਨੇ ਜੋ ਗੱਲਾਂ ਕੀਤੀਆਂ ਨੇ ਵਾਇਰਲ ਵੀਡੀਓ ਦੇ ਵਿੱਚ, ਪਹਿਲਾਂ ਤੁਸੀਂ ਖੁਦ ਵੇਖ ਸਕਦੇ ਹੋ ਵਾਇਰਲ ਵੀਡੀਓ। ਮੈਂ ਸਾਡੀ 4 ਕੱਪ ਤੁਹਾਨੂੰ ਮੈਂ ਥੋੜ੍ਹੇ ਦਿੱਤੇ ਅਤੇ ਮੇਰੇ ਆਉਂਦਿਆਂ ਸਾਰੀ ਸਾਥੀ ਮੇਰੀ ਲਾ ਕੇ ਪਾ ਕੇ ਅਤੇ ਮੈਨੂੰ ਛਤਰੀ ਟੱਕਰ ਗਿਆ ਜੀ। ਮੇਰੇ ਆਉਂਦੇ ਸਾਰੇ ਸਿਰ ਪੱਟ, ਮੇਰਾ ਸਰ ਐਕਸੀਡੈਂਟ ਹੋਇਆ ਮੇਰਾ ਸਰ, ਮੈਂ ਤਾਂ ਇੰਨੀ ਸੱਟ ਨਹੀਂ ਚੱਲਣ ਜੋਗਾ, ਮੇਰਾ ਦਿਮਾਗ ਘੁੰਮ ਗਿਆ ਜੀ ਮੇਰਾ, ਮੈਂ ਕੰਮ ਕਰ। ਤੈਨੂੰ ਕੀ ਕਹਿੰਦਾ ਕਾਹਲੀ ਮਾਰੇ ਥੱਪੜ ਤੇਰੇ? ਮੈਨੂੰ ਤਾਂ ਭੈਣ ਜਦੋਂ ਤੇ ਲੰਨ ਖੜਦਾ ਵਾਂ, ਹੈਂ ਮੈਨੂੰ ਕੋਈ ਇੱਥੇ ਕੁੜੀਆਂ ਗਾਲਾਂ ਕੱਢੀਆਂ ਜੀ, ਜਿਵੇਂ ਮੈਂ ਕੱਪ 'ਤੇ ਜਾ ਕੇ ਭਾਂਡੇ ਧੋਤੇ ਰਾਤ ਦੇ ਲਿਬੜੇ ਜੀ, ਮੈਂ ਰਾਤ ਦਾ ਇੱਥੇ ਗੰਦ ਪਿਆ ਸੀ ਉੱਪਰ, ਉਹ ਡਿਪਟੀ ਸਾਹਿਬ ਰਹੇ ਸੀ, ਮੈਂ ਲੈ ਕੇ ਸਫਾਈ ਕੀਤੀ ਸਾਰੀ ਜੀ, ਮੇਰੇ ਕੋਲ ਸਫਾਈ ਕਰਾਈ ਉੱਥੇ ਜੀ ਨਿਰਮਲ ਸਿੰਘ ਠਾਂਦਰ ਨੇ। ਅੱਛਾ ਜੀ, ਅਤੇ ਤੈਨੂੰ ਜਦੋਂ ਮਾਰਿਆ ਤੈਨੂੰ ਕਿਸੇ ਨੇ ਛਡਾਇਆ ਨਹੀਂ ਇਹਨਾਂ 'ਚੋਂ? ਛਡਾਇਆ ਨਹੀਂ ਕਿਸੇ ਨੇ ਜੀ, ਨਾ ਕਿ ਮੁਖੀ ਮੁਨਸ਼ੀ ਮੁਖਵਿੰਦਰ ਸਿੰਘ, ਉਹਨੂੰ ਵੀ ਧੀਰੀਆਂ ਭੈਣੀਆਂ ਗਾਲਾਂ ਕੱਢਣ ਲੱਗ ਪਿਆ ਜੀ। ਹਾਂ, ਇਹ ਅੱਗੇ ਵੀ ਕਾਫੀ ਮੁਲਾਜ਼ਮ ਕੁੱਟਦਾ ਇਹ? ਹਾਂਜੀ, ਅੱਗੇ ਵੀ ਸਿਪਾਹੀ ਨੂੰ, ਇੰਦਰਜੀਤ ਸਿਪਾਹੀ ਜੀ, ਉਹਨੂੰ ਕੁੱਟਿਆ ਨੇ ਚੰਗਾ ਜੀ, ਉਹਦੀਆਂ ਲੱਤਾਂ ਮਾਰ ਕੇ ਉਹਨੂੰ ਲੈਣ 'ਚ ਭੇਜਿਆ ਜੀ, ਉਹਨੂੰ ਮਾਰ ਹੀ ਦੇਣ ਲੱਗਾ ਸੀ, ਅਜੇ ਹੁਣ ਪੈ ਕੇ ਡੋਟੇ ਡੋਟੇ ਖਾਂਦਾ ਜੀ, ਨਾ ਨਸ਼ਾ ਕਰਦਾ ਜੀ ਪੂਰਾ। ਇਹ SHO ਦਾ ਨਾਮ ਕੀ ਆ? ਇਹ ਚਰਨ ਸਿੰਘ ਹੈ ਸਰ। ਅੱਛਾ ਜੀ, ਤੁਸੀਂ ਕਿੱਥੇ ਲੱਗੇ ਹੋ? ਫੱਤੂ ਢਿੰਗੇ ਸਰ, ਅਸੀਂ ਪੰਜਾਬ ਹੋਮਗਾਰਡ ਦੇ ਜਵਾਨ। ਪੰਜਾਬ ਹੋਮਗਾਰਡ ਦੇ ਜਵਾਨ ਸਰ। ਠੀਕ ਹੈ, ਅਤੇ ਕੀ ਚਾਹੁੰਦੇ ਤੁਸੀਂ ਸਰਕਾਰ ਤੋਂ? ਸਰ ਅਸੀਂ ਚੁਕਾਉਣੇ ਨਹੀਂ ਚਾਹੁੰਦੇ ਜੀ, ਕਰ ਲਈ ਪੂਰੀ ਇੱਥੇ ਹੋਣੀ ਚਾਹੀਦੀ ਆ, ਇਹਨੂੰ ਸਸਪੈਂਡ ਕਰਕੇ ਲੈਣ 'ਚ ਭੇਜਣਾ ਚਾਹੀਦਾ ਇਹਨੂੰ, ਅਤੇ ਸਾਡੀ ਇਹ ਹੋਰ ਵੀ ਮੁਲਾਜ਼ਮਾਂ ਨੂੰ ਇੱਦਾਂ ਮਾਰਦਾ? ਸਾਰੇ ਮੁਲਾਜ਼ਮਾਂ ਨੂੰ ਮਾਰਦਾ ਸਰ। ਜਿਹੜੀ ਤੁਹਾਡੀ ਇਹ ਪੱਗ ਲੱਥੀ ਆ, ਪੱਗ ਲੱਥੀ ਤਾਂ ਕਿਸੇ ਨੇ ਗੱਲ ਨਹੀਂ ਚੱਕੀ, ਤੁਹਾਡੀ ਪੱਗ ਲਾਤੀ ਇਹਨੇ? ਕਿਸੇ ਨੇ ਗੱਲ ਨਹੀਂ ਚੁੱਕੀ, ਨਾ ਮੇਰੀ ਫੋਟੋ ਲਈ ਸਰ, ਮੇਰੇ ਕੋਲ ਮੋਬਾਈਲ ਦੂਜਾ ਸੀ, ਨਹੀਂ ਮੇਰੇ ਕੋਲ ਫੋਟੋ ਲਈ ਗਈ ਸਾਥੀ, ਅਤੇ ਸਾਰੇ ਆਸੇ ਪਾਸੇ ਹੋ ਗਏ, ਦੂਜੇ ਬਾਹਰ ਦੇ PAP ਦੇ ਮੁਲਾਜ਼ਮ ਸੀ 4-5, ਉਹ ਸਗੋਂ ਕਹਿੰਦੇ ਰਹੇ, ਉਹ ਸਗੋਂ ਗਾਂਹ ਭੱਜ ਕੇ ਆਏ ਮੁੜ ਕੇ, ਉਹਨਾਂ ਆਣ ਕੇ ਮੈਨੂੰ ਠਾਇਆ ਜੀ, ਮੇਰੇ ਸੱਟ ਲੱਗੀ ਆ। ਇਹ SHO ਨੇ ਇੱਕ ਸਿਪਾਹੀ ਵੀ ਮੁੰਡਾ ਲਾਈਨ 'ਚ ਉਹਨੂੰ ਕੁੱਟਿਆ ਸੀ? ਸਿਪਾਹੀ ਕੁੱਟਿਆ ਇੰਦਰਜੀਤ ਦੇ ਨਾਲ। ਕੀ ਨਾਂ ਉਹਦਾ? ਇੰਦਰਜੀਤ ਜੀ। ਬੈਲਟ ਨੰਬਰ ਕੀ ਉਹਦਾ? ਹਾਂਜੀ, ਬੈਲਟ ਨੰਬਰ ਕੀ ਆ? ਬੈਲਟ ਉਹਦਾ ਜੀ 625 ਹੋਣੀ ਤਾਂ। ਇਹ ਇੱਦਾਂ ਹੀ ਮੁਲਾਜ਼ਮਾਂ ਨੂੰ ਮਾਰਦਾ? ਇੱਦਾਂ ਮੁਲਾਜ਼ਮਾਂ ਮਾਰਦਾ, ਹਰ ਗੁਰੂ ਧੀ ਦੀਆਂ ਭੈਣ ਦੀਆਂ ਗਾਲਾਂ ਕੱਢਦਾ ਜੀ। ਤੁਸੀਂ ਅਫਸਰਾਂ ਤੋਂ ਇਹੀ ਚਾਹੁੰਦੇ ਵੀ ਤੁਹਾਡੀ ਜਿਹੜੀ ਮੰਗ ਪੂਰੀ ਕੀਤੀ ਜਾਵੇ ਪੱਗ ਲਾਉਣ ਦੀ? ਬੇਨਤੀ ਆ ਜੀ, ਇਹਨੂੰ ਥਾਣੇ ਦੇ ਤੋਂ ਤੁਸੀਂ ਕੀਤਾ ਜਾਵੇ, ਇਹਨੂੰ ਪੁਲਿਸ ਵਾਲਿਆਂ ਭੇਜਿਆ ਜਾਵੇ। ਇਹ ਪੱਗ ਤੁਹਾਡੀ ਚਪੇੜ ਮਾਰ ਕੇ ਲਾਈ ਇਹਨੇ? ਚਪੇੜ ਮਾਰ ਕੇ ਲਾਈ, ਆਉਂਦਿਆਂ ਸਾਰੇ ਕਿਸੇ ਨੇ ਮਾਰਿਆ, ਮੇਰਾ ਸਾਥੀ ਵੀ ਐਕਸੀਡੈਂਟ ਹੋਇਆ ਜੀ, ਮੇਰਾ ਮਾਂ ਕੋਈ ਸੱਟ ਨਹੀਂ ਝੱਲੀ ਜਾਂਦੀ ਸਰ, ਮੈਂ ਤਾਂ ਮਾਂ ਦਵਾਈ ਖਾ ਕੇ ਟਾਈਮ ਪਾਸ ਕਰਨ ਦਿਆਂ ਆਪਣਾ ਜੀ, ਮੈਂ ਤਾਂ ਹੋਮਗਾਰਡ ਦਾ ਟਾਈਮ ਪਾਸ ਕਰਦਾ ਜੀ, ਡਿਊਟੀ ਮੈਂ ਕਰਦਾ, ਮੈਂ ਥਾਣੇ ਫੱਤੂ ਢਿੰਗੇ ਨਾਲ ਚਾਹ ਬਣਾਵਾਂ ਪਿਆਉਂਦਾ, ਮੈਂ ਸੰਤਰੀ ਪਹਿਰਾ ਵੀ ਦਿੰਦਾ ਸਰ, ਅਤੇ ਧੀ ਦੀ ਭੈਣ ਜੀ ਬੜਾ ਗਾਲ ਤੋਂ ਬੜਾ ਨਹੀਂ ਬੋਲਦਾ ਸਰ ਮੈਨੂੰ। ਅਤੇ ਤੁਹਾਡਾ ਨਾਮ? ਸ਼ੁਕੀਨ ਸਿੰਘ ਹੈ ਜੀ, PAG ਸ਼ੁਕੀਨ ਸਿੰਘ ਹੈ ਜੀ ਸਰ। ਬੈਲਟ ਨੰਬਰ ਕੀ ਤੁਹਾਡਾ? 15625 ਸਰ। 15625, ਠੀਕ ਹੈ ਜੀ, ਕੱਲ੍ਹ ਨੂੰ ਤੁਹਾਡਾ ਤੁਸੀਂ ਆਪਣਾ ਮਸਲੇ ਦੇ ਪਿੱਛੇ ਨਹੀਂ ਆਉਣਾ, ਤੁਸੀਂ ਜ਼ਰੂਰ ਇਹਨੂੰ ਸਜ਼ਾ ਜ਼ਰੂਰ ਦੇਣੀ ਹੈ, ਠੀਕ ਹੈ ਜੀ? ਜੀ ਸਰ। ਦੋਸਤੋ, ਪੁਲਿਸ ਵਿਭਾਗ ਦੀ ਜੇ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਔਰ ਕਈ ਵਾਰੀ ਨਾਕਿਆਂ ਦੇ ਵਾਇਰਲ ਹੁੰਦੀ ਹੈ, ਰਿਸ਼ਵਤ ਲੈਂਦੀ ਵਾਇਰਲ ਹੁੰਦੀ ਹੈ, ਕਈ ਵਾਰੀ ਧੱਕਾ ਕਰਦਿਆਂ ਵਾਇਰਲ ਹੁੰਦੀ ਹੈ, ਲੇਕਿਨ ਇੱਕ ਪੁਲਿਸ ਆਫਿਸਰ, ਜੇ ਅੱਜ ਦੇ ਪੁਲਿਸ ਆਫਿਸਰਾਂ ਦੀ ਗੱਲ ਕਰੀਏ ਤਾਂ ਪੜ੍ਹੇ ਲਿਖੇ ਆਫਿਸਰ ਨੇ। ਪੁਰਾਣੇ ਸਮੇਂ ਵਿੱਚ ਤਾਂ ਆਪਾਂ ਜ਼ਰੂਰ ਮੰਨ ਲੈਂਦੇ ਸੀ ਕਿ ਉਸ ਵੇਲੇ ਐਜੂਕੇਸ਼ਨ ਘੱਟ ਸੀ, ਜੋ ਮੂੰਹ 'ਚ ਹੋਇਆ ਬੋਲੀ ਜਾਂਦੇ ਸੀ, ਲੇਕਿਨ ਅੱਜ ਦੀ ਪੁਲਿਸ ਦੇ ਆਫਿਸਰ ਜਿਹੜੇ ਨੇ ਉਹ ਬਹੁਤ ਹੀ ਪੜ੍ਹੇ ਲਿਖੇ ਨੇ, ਔਰ ਬਹੁਤ ਸਾਰੇ ਇਮਾਨਦਾਰ ਆਫਿਸਰ ਨੇ, ਬਹੁਤ ਚੰਗੇ ਆਫਿਸਰ ਨੇ। ਜਦੋਂ ਵੀ ਇਸੇ ਤਰ੍ਹਾਂ ਦੀ ਆਫਿਸਰ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਵੇਲੇ ਇੰਝ ਲੱਗਦਾ ਕਿ ਨਹੀਂ, ਅਜੇ ਵੀ ਪੁਲਿਸ ਵਿਭਾਗ ਦੇ ਵਿੱਚ ਸੁਧਾਰ ਦੀ ਬਹੁਤ ਜ਼ਰੂਰਤ ਹੈ। ਲੇਕਿਨ ਜ਼ਰੂਰਤ ਤਾਂ ਹੀ ਹੁੰਦੀ ਹੈ ਜਦੋਂ ਆਪਣੇ ਨਾਲ
कोई धक्का कर रहा होवे और आपां सोशल मीडिया के जरिए उस सारी चीज़ नूं वायरल कर दिंदे आ। लेकिन हुण वेखणा यह होएगा कि इस होम गार्ड के जवान नूं इंसाफ मिलदा जां नहीं, क्योंकि होम गार्ड के जवान ने शरेआम यह गल कह दिती है कि मैनू इंसाफ चाहिए और इस शख्स के खिलाफ सख्त तो सख्त कार्रवाई होनी चाहिए है।